ਉਸਤਾਦ ਅਬਦੁਲ ਸਤਾਰ ਖਾਨ ਤਾਰੀ ਜੀ ਪੰਜਾਬ ਘਰਾਣੇ ਦੇ ਅੱਜ ਇੱਕ ਚਮਕਦੇ ਸਿਤਾਰੇ ਹਨ। ਇਸ ਘਰਾਣੇ ਦੀ ਕੋਮਲਤਾ ਅਤੇ ਮਿਠਾਸ ਆਪ ਦੇ ਹੱਥਾਂ ਵਿੱਚ ਪਤਾਸੇ ਵਾਂਗ ਪੁਰਦੀ ਨਜ਼ਰ ਆਉਂਦੀ ਹੈ। ਲੈ, ਤਾਲ, ਸੁਰ ਅਤੇ ਆਵਾਜ਼ ਦੇ ਸਹੀ ਸੰਗਮ ਨਾਲ ਤਬਲੇ ਵਿੱਚੋਂ ਜੋ ਰਸ ਉਸਤਾਦ ਅਬਦੁਲ ਸਤਾਰ ਖਾਨ ਤਾਰੀ ਜੀ ਪੈਦਾ ਕਰਦੇ ਹਨ, ਉਸ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਮਾਸ਼ਾਅੱਲਾ, ਤਾਰੀ ਬਹੁਤ ਅੱਛਾ ਵਜਾ ਰਿਹਾ ਹੈ। ਆਪ ਵੀ ਦੁਆਏ ਹੈ। ਗੱਲ ਕੀਤੀ, ਪੰਜਾਬ ਦੇ ਘਰਾਣੇ ਦੇ ਵਿੱਚ ਲੈ ਨੂੰ ਮੁਸ਼ਕਿਲ ਤਰੀਕੇ ਨਾਲ ਦੇਖਿਆ ਜਾਂਦਾ, ਆਸਾਨ ਤਰੀਕੇ ਨਾਲ ਨਹੀਂ ਦੇਖਿਆ ਜਾਂਦਾ। ਉਹਦੇ 'ਚ ਕੋਈ ਨਾ ਕੋਈ ਖੂਬੀ ਕੋਈ ਐਸੀ ਪਾਈ ਜਾਂਦੀ ਹੈ ਕਿ ਉਹਨੂੰ ਕਾਇਦੇ 'ਚ ਜਾਂ ਕੋਈ ਤਿਹਾਈਆਂ 'ਚ। ਹੁਣ ਤੁਸੀਂ ਦੇਖੋ ਕਿ ਤੁਸੀਂ ਮੇਰੀ ਰਿਕਾਰਡਿੰਗਾਂ ਸੁਣੀਆਂ ਹੋਣਗੀਆਂ। ਅੱਜ ਤੋਂ ਕਈ ਸਾਲ ਪਹਿਲੇ ਮੈਂ ਬੱਚਾ ਸਾਂ, ਤਾਂ ਉਹਦੇ 'ਚ ਦਾਦਰੇ ਕਹਿਰਵੇ ਦੀਆਂ ਤਿਹਾਈਆਂ ਜਿਹੜੀਆਂ ਮੇਰੇ 20-25 ਸਾਲ ਪਹਿਲੇ ਰਿਕਾਰਡ ਹੋਈਆਂ ਹੋਈਆਂ, ਮਗਰ ਉਹ ਆਮ ਨਹੀਂ ਹੈ। ਉਹ ਹਰ ਐਜੂਕੇਟਡ ਬੰਦਾ ਜਿਹੜਾ ਹੈ ਨਾ, ਜਿਹੜਾ ਲੈ ਨੂੰ ਸਮਝਣ ਵਾਲਾ ਬੰਦਾ, ਉਹ ਮੈਨੂੰ ਉਸ ਜ਼ਮਾਨੇ 'ਚ ਵੀ ਬੱਚਾ ਨਹੀਂ ਸਮਝਾਉਣਾ ਉਹਨੇ। ਕੋਈ ਦਾਦਰਾ ਚੱਲਦਾ ਪਿਆ, ਧਾ ਧਿਨ ਧਿਨ ਧਾ ਧਿਨ ਧਿਨ ਧਾ ਧਿਨ ਧਾ ਧਿਨ ਧਾ ਧਾ ਕਧਾ ਧੀ ਧਾ ਕਿੱਥੇ ਨਾ ਕਰਨਾ ਧਾ ਕਧਰ ਕਧਾ ਨਹੀਂ ਧਾ ਕਿੱਥੇ ਨਾ ਕਰਨਾ ਧਾ ਕਧਰ ਧਿਨ ਨਾ ਧਾ ਕਨ ਧਿਨ ਨਾ ਧਾ ਧਾ ਕਨ ਧਿਨ ਨਾ ਧਾ ਕਨ ਧਿਨ ਨਾ ਧਾ ਧਾ ਕਨ ਧਿਨ ਨਾ ਧਾ ਕਨ ਧਿਨ ਨਾ ਧਾ। ਇਹ ਹੁੰਦਾ ਹੈ, ਇਹ ਸੀ ਪਹਿਲੇ ਦਾਦੀ ਦੇ ਆਈ ਧਾਤੀ ਧਾ ਕਿੱਥੇ ਨਾ ਕਰਨਾ ਕਥਾ ਨਹੀਂ ਕਰਨਾ ਧਗਨ ਧਿਨ ਨਾ ਧਾ ਕਿੱਥੇ ਨਾ ਕਰਨਾ ਕਥਾ ਨਹੀਂ ਕਰਨਾ ਕਰਨਾ ਦਾਤੀ ਧਾ ਧਾਤੀ ਧਾ ਧਾਤੀ ਧਾ। ਇਹ ਵੀ ਹੋ ਚੁੱਕਾ ਸੀ। ਦਾਦਰ ਕਥਾ ਨਹੀਂ ਕਰਨਾ ਮਾਤਰ ਦੀ ਕਟਿੰਗ ਹੋ ਗਈ, ਝਟਕਾ ਦੇ ਦਿੱਤਾ ਵਿੱਚੋਂ ਹੀ ਲੈ ਆਪਣੀ ਜਗ੍ਹਾ 'ਤੇ। ਹੁਣ ਇਹ ਲੈ ਦਾ ਇਸਤੇਮਾਲ ਹੈ, ਹੁਣ ਉਹਦੇ 'ਚ ਛੋਟੀ ਜਿਹੀ ਮੈਂ ਤਿਆਈ ਲੈ ਰਿਹਾ। ਹੁਣ ਇਹ ਮਾਤਰੇ ਦੀ ਕਟਿੰਗ ਦੇ ਵਿੱਚੋਂ ਪਤਾ ਨਹੀਂ ਲੱਗਿਆ ਕਿ ਇਹ ਕਿੱਥੋਂ ਉੱਠ ਗਿਆ, ਜਾਂ ਛੋਟੀ ਜਿਹੀ ਤਿਹਾਈ ਆਈ ਹੈ ਕਿ ਆਏਗੀ ਜਾਂ ਨਹੀਂ ਆਏਗੀ। ਇਹ ਮਾਤਰੇ ਦੇ ਨਾਲ ਇੰਜੋਏ ਕਰਨਾ, ਇਹ ਕਰਕੇ ਪ੍ਰੈਕਟਿਸ, ਜਿਹਨਾਂ ਨੂੰ ਸ਼ੌਕ ਹੈ ਉਹ ਕਰ ਸਕਦੇ ਨੇ, ਇਹ ਤਾਂ ਕੋਈ ਨਹੀਂ ਕਰ ਸਕਦਾ। ਜਿਨ ਮਾਲਕ ਨੇ ਅਕਲ ਦਿੱਤੀ ਹੈ, ਸ਼ੌਰ ਦਿੱਤੀ ਹੈ, ਸ਼ਾਰਪਨੈਸ ਦਿੱਤੀ ਹੈ, ਉਹ ਕਰੇਗਾ। ਇੱਕ ਬੰਦਾ ਦਰਿਆ 'ਤੇ ਬੈਠਾ ਗੜਵੀ ਲੈ ਕੇ ਉੱਥੇ ਕਿਨਾਰੇ 'ਤੇ ਨਹਾਈ ਜਾ ਰਿਹਾ, ਨਾ ਤਾਂ ਉਹਨੇ ਵੀ ਲਿਆ, ਸ਼ਾਵਰ ਤਾਂ ਉਹਨੇ ਵੀ ਲੈ ਲਿਆ। ਇੱਕ ਬੰਦਾ ਦਰਿਆ ਦੇ ਵਿੱਚ ਛਾਲ ਮਾਰ ਕੇ ਤਰਦਾ ਪਿਆ, ਅਗਰ ਉਹਨੂੰ ਗੋਤਾ ਆ ਜਾਵੇ ਤਾਂ ਫਿਰ ਤਾਂ ਕੋਈ ਗੱਲ ਨਹੀਂ ਨਾ, ਮਜ਼ਾ ਤਾਂ ਉਹਨੇ ਲਿਆ ਨਾ।